ਮੈਂ ਸਮਝਦਾ ਕਿ ਇਲੈਕਸ਼ਨਾਂ ਜਿਹੜੀਆਂ ਨੇ ਉਹ ਮੁੱਕ ਗਈ ਹੈ। ਇਲੈਕਸ਼ਨ ਮੁੱਕਣ ਤੱਕ ਮੇਰਾ ਰਿਮਾਂਡ ਸੀਗਾ ਅਤੇ ਨਾਲ ਹੀ ਮੇਰਾ ਰਿਮਾਂਡ ਮੁੱਕ ਗਿਆ। ਕਾਂਗਰਸ ਨੇ ਸੁੱਖੀ ਰੰਧਾਵੇ ਦੇ ਹੱਥ ਵਿੱਚ ਬੰਬ ਮੇਰੇ 'ਤੇ ਮਾਰਿਆ ਸੀਗਾ। ਉਸ ਬੰਬ ਵਿੱਚੋਂ ਮੈਂ ਜਾਨੀ ਤੌਰ 'ਤੇ ਮੈਂ ਬਚ ਗਿਆ ਵਾਂ। ਹੁਣ ਕਚਹਿਰੀ ਦੇ ਵਿੱਚ ਕੋਰਟ ਵਿੱਚ ਕੇਸ ਆ ਗਿਆ, ਕੋਰਟ ਵਿੱਚ ਇਨਸਾਫ ਮਿਲੇਗਾ। ਔਰ ਮੈਂ ਸਮਝਦਾ ਵਾਂ ਕਿ ਲੋਕ ਸ਼ਕਤੀ ਦੇ ਨਾਲ, ਲੋਕ ਸ਼ਕਤੀ ਦੇ ਨਾਲ 21-51 ਪਾਵਾਂਗੇ। ਕੋਈ ਬਿਲਕੁਲ ਕੋਈ ਕਬੂਲਨਾਮਾ ਨਹੀਂ, ਇਹ ਮੇਰੇ ਨਾਲ ਜਾਇਜ਼ੀ ਹੋਈ ਹੈ, ਧੱਕਾ ਹੋਇਆ।